ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਵਿਖੇ ਇੱਕ ਢਾਬਾ ਮਾਲਕ ਨੂੰ ਕੁਝ ਨੌਜਵਾਨਾਂ ਤੋਂ ਖਾਣੇ ਦੇ ਪੈਸੇ ਮੰਗਣੇ ਉਸ ਸਮੇਂ ਮਹਿੰਗੇ ਪੈ ਗਏ ਜਦੋਂ ਉਕਤ ਨੌਜਵਾਨਾਂ ਨੇ ਢਾਬਾ ਮਾਲਕ ਅਤੇ ਉਸ ਦੇ ਭਰਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਢਾਬੇ ਦੇ ਮਾਲਕ ਨੇ ਦੱਸਿਆ ਕਿ ਕਰੀਬ 9 ਵਜੇ ਉਹਨਾਂ ਦੇ ਢਾਬੇ ਤੇ 5-6 ਲੜਕੇ ਖਾਣਾ ਖਾਣ ਆਏ ਅਤੇ ਖਾਣਾ ਖਾਣ ਤੋਂ ਬਾਅਦ ਜਦੋਂ ਉਹਨਾਂ ਨੇ ਲੜਕੇ ਤੋਂ ਬਿੱਲ ਮੰਗਿਆ ਤਾਂ ਉਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਹਨਾਂ 'ਤੇ ਹਮਲਾ ਕਰ ਦਿੱਤਾ। ਪੀੜਤ ਮਾਲਕ ਨੇ ਦੱਸਿਆ ਕਿ ਉਸਦੇ ਗੱਲੇ ਵਿੱਚ ਪਈ 5,000 ਦੀ ਨਕਦੀ ਵੀ ਗਾਇਬ ਹੈ। ਹਾਂਜੀ ਭਾਅ ਜੀ, ਕੀ ਨਾਮ ਆਪਣਾ? ਕੀ ਗੱਲ ਕੋਈ ਹੋਈ ਸੀ ਭਾਅ ਜੀ? ਗੱਲ ਕੋਈ ਭਾਅ ਜੀ, ਰੋਟੀ ਖਾਣ ਦੇ ਮੁੰਡੇ ਖਾਧੇ, ਪੈਸੇ ਮੰਗੇ ਉਹਨਾਂ ਕੋਲ, ਬਸ ਪੈਸੇ ਮੰਗਣੇ ਰੋਟੀ ਭਾਈ ਹੋ ਗਿਆ, 120 ਮੰਗੇ ਰੋਟੀ ਦੇ, 6 ਬੰਦੇ ਸੀ। ਅੱਛਾ, ਅਤੇ ਉਹ ਕੀ ਕਹਿ ਰਹੇ, ਪੈਸੇ ਦਿੱਤੇ ਨੇ ਉਹਨਾਂ ਨੇ? ਪੈਸੇ ਨਹੀਂ ਸੀ ਉਹਨਾਂ ਨੇ। ਕੀ ਕਹਿ ਰਹੇ? ਸਾਨੂੰ ਕਹਿੰਦਾ ਗਾਲ ਕੱਢੀ। ਅੱਛਾ ਭਾਈ, ਦੇ ਐਸਾ ਕੁਛ ਕਿਹਾ ਨਹੀਂ ਉਹਨਾਂ ਨੇ, ਆਪਣੇ ਚਾਲੂ ਮਾਰਦੇ ਚੀਜ਼ਾਂ ਚਾਲੂ ਮਾਰਦੇ। ਕੀ ਮਾਰਿਆ ਕੀ ਉਹਨਾਂ ਨੇ ਤੁਹਾਡੇ? ਉਹਨਾਂ ਅੱਛਾ ਸਮਾਨ ਸਮੂਹ ਆਇਆ ਸੀ ਉਹਨਾਂ ਕੋਲ। ਕਿੰਨੇ ਜਣੇ ਸੀਗੇ? ਉਹ ਹੈਗੇ 6-6 ਜਣੇ ਹੈਗੇ ਸੀ। ਅਤੇ ਤੁਸੀਂ ਪਹਿਚਾਣਦੇ ਹੋ ਉਹਨਾਂ ਨੂੰ? ਹਾਂ, ਸਾਡੇ ਮੁਹੱਲੇ ਦਾ ਮੁੰਡਾ, ਉਹਦੇ ਯਾਰ ਦੋਸਤ ਹੈਗੇ, ਉਹਨੂੰ ਪਤਾ, ਆਪੇ ਦੱਸਿਆ। ਕੀ ਨਾਮ ਕੀ ਤੁਹਾਨੂੰ ਜਾਣਦੇ? ਪਤਾ ਨਾਮ ਦਾ? ਕਿਹਦਾ? ਜਿਹੜੇ ਜਿਹਨਾਂ ਨੇ ਤੁਹਾਡੇ 'ਤੇ ਹਮਲਾ ਕੀਤਾ, ਨਾਮ ਕੀ ਉਹਨਾਂ ਦਾ? ਉਹ ਮੈਂ ਨਹੀਂ ਜਾਣਦਾ, ਮੁੰਡੇ ਦੂਜਾ ਜਾਣਦਾ, ਅੰਬਾ ਮੁੰਡਾ ਹੈਗਾ, ਉਹਦੇ ਬਾਕੀ ਉਹਦੇ ਯਾਰ ਦੋਸਤ ਸੀ। ਅੱਛਾ, ਅਤੇ ਮਾਰਿਆ ਕੀ ਉਹਨਾਂ ਨੇ ਤੁਹਾਡੇ? ਉਹਨਾਂ ਮੇਰੇ ਨਾਲ ਗਰਾਸਾ ਗਰੂਸੇ ਹੈਗੇ। ਕਿੰਨੇ ਜਣੇ ਸੀਗੇ ਤੁਸੀਂ ਆਪਣੇ ਉੱਥੇ? ਕਿੰਨੇ ਜਣੇ ਸੀਗੇ ਢਾਬੇ? ਤੁਹਾਡਾ ਢਾਬਾ ਹੈਗਾ ਕਿੱਥੇ? ਕਾਹਦਾ ਢਾਬਾ ਵਾ? ਠੀਕ ਹੈ। ਪੁਲਿਸ ਨੂੰ ਇਤਲਾਹ ਕੀਤੀ ਤੁਸੀਂ? ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।